ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਪੱਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੀ ਗੱਲ ਕਹਿਣ ਤੋਂ ਪਹਿਲਾਂ ਸਾਰੀ ਆਈ ਹੋਈ ਸੰਗਤ ਨੂੰ ਨਿਮਰਤਾ ਸਾਹਿਬ ਤੇ ਬੇਨਤੀ ਕਰਦਾ ਕਿ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ, ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁਖ ਖੜੇ ਹੋਏ ਆ। ਇੱਥੇ ਇਹ ਮਹਾਨ ਸੰਸਥਾਵਾਂ ਦੀ ਬਹੁਤ ਬੜੀ ਮਹਾਨਤਾ ਹੈ। ਮੈਂ ਬੇਨਤੀ ਕਰਾਂਗਾ ਕਿ ਕਿਸੇ ਦਾ ਸ਼ਖਸੀ ਨਾਂ ਲੈ ਕੇ ਕੋਈ ਮਾੜਾ ਨਾਂ ਬੁਲਾਇਆ ਜਾਵੇ। ਜੇ ਕਿਸੇ ਸੱਜਣ ਨੇ ਬੁਲਾਇਆ ਤੇ ਮੈਂ ਹੱਥ ਜੋੜ ਕੇ ਆਪਣਾ ਪੰਥ ਤੋਂ ਦੀ ਮਾਫੀ ਮੰਗਦਾ। ਦੂਸਰੀ ਗੱਲ, ਜਿਸ ਮਕਸਦ ਵਾਸਤੇ ਮੈਂ ਖੜਾ ਹੋਇਆ, ਮੈਂ ਸੇਵਾ ਸਿੰਘ ਸ਼ੇਖਵਾਂ। ਅੱਜ ਜੋ ਅਕਾਲੀ ਦਲ 1920 ਵਿੱਚ ਬਣਿਆ ਸੀ, ਉਸ ਭਾਵਨਾ 'ਤੇ ਉਸ ਅਕਾਲੀ ਦਲ ਨੂੰ ਦੁਬਾਰਾ ਮੂਰਤੀਮਾਨ ਕਰਨ ਵਾਸਤੇ ਜੋ ਅਕਾਲੀ ਦਲ ਬਣ ਗਿਆ, ਉਹਦੇ ਪਹਿਲੇ ਪ੍ਰਧਾਨ ਦਾ ਨਾਮ ਮੈਂ ਤਰਮੀਮ ਕਰਨਾ, ਜਥੇਦਾਰ ਰਣਜੀਤ ਸਿੰਘ ਜੀ ਬ੍ਰਾਹਮਣਾ। ਪਾਰਟੀ ਜਿਹੜੀ ਆ ਉਹਦੀ ਸਥਾਪਨਾ ਕੀਤੀ ਆ। ਮੈਂ ਤੁਹਾਡਾ ਸਭ ਦਾ ਬਹੁਤ 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 ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਵਰਗੇ ਛੋਟੇ ਜਿਹੇ ਬੰਦੇ ਨੂੰ ਇੱਕ ਸਿੱਖ ਕੌਮ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ। ਨਵੀਆਂ ਜਿਹੜੀਆਂ ਕਾਰਤਕ ਸਾਹਿਬ ਦੇ ਉੱਤੇ ਅੱਜ ਆਪਾਂ ਪ੍ਰਗਟ ਕੀਤੇ ਆ, ਇਸ ਨਾਲ ਬਹੁਤ ਕੋਸ਼ਿਸ਼ ਕਰਾਂਗੇ ਜੋੜਨਾ ਚਾਹੁੰਦਾ ਆ। ਆਓ ਆਓ ਆਪਾਂ ਮੇਰੇ ਗਿਣਤੀ ਕਰੀਏ ਇਸ ਸ਼੍ਰੋਮਣੀ ਅਕਾਲੀ ਦਲ ਜਿਹਨਾਂ ਦਾ ਨਾਮ ਅਕਾਲੀ ਪ੍ਰੈਕਟਾ ਚ ਉਹ ਆ ਟਕਸਾਲੀ ਆਪਾਂ ਰੱਖਿਆ। ਅੱਜ ਮੈਂ ਇੱਕ ਬੁੱਧੀਜੀਵੀ ਨੂੰ ਕਿਹਾ ਤੂੰ ਡਿਕਸ਼ਨਰੀ ਲੈ ਕੇ ਆਉਣਾ ਤੇ ਜਿਹੜਾ ਟਕਸਾਲੀ ਲਫ਼ਜ਼ ਹੈ ਇਹਦਾ ਮੈਨੂੰ ਮਤਲਬ ਸਮਝਾਉਣਾ, ਇਹਦੇ ਮੀਨਿੰਗ ਕੀ ਆ, ਇਹਦਾ ਅਰਥ ਕੀ ਆ। ਉਹਨੇ ਮੈਨੂੰ ਇਹ ਦੱਸਿਆ ਇਹਦਾ ਅਰਥ ਇਹ ਆ ਕਿ ਇਹ ਅਸਲ ਜੈਨੂਅਨ ਜਿਹਨੂੰ ਆਪਾਂ ਕਹਿੰਦੇ ਹਾਂ ਜੈਨੂਅਨ ਤੇ ਪੁਰਾਣਾ